ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਹੋ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਹੋ ਸਰਨਾਈ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ ਸਾਈ ਘੜੀ ਸੁਲੱਖਣੀ ਸੌ ਨਾਲ ਵਿਹਾਵਾ ਦੇ ਮਹਾਂਵਾਕ ਅਨੁਸਾਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਉਹੀ ਸਮਾਂ
ਘੜੀ ਕਹਿੰਦੇ ਨੇ ਜਿਹੜਾ ਲਿਮਟ ਵਿੱਚ ਸਮਾਂ ਹੋਵੇ ਨਿਯਤ ਕੀਤਾ ਹੋਇਆ। ਪੁਰਾਣੇ ਸਮਿਆਂ ਦੇ ਵਿੱਚ 22 ਮਿੰਟ ਦੀ ਘੜੀ ਮੰਨੀ ਸੀ, ਹੁਣ 24 ਕੁ ਮਿੰਟ ਦੀ ਹੈ। ਜਿਹੜਾ ਸਮਾਂ ਭਾਵ ਉਹ ਵਾਹਿਗੁਰੂ ਪਰਮੇਸ਼ਰ ਜੀ ਨੇ ਜਿੰਦ ਪ੍ਰਾਣ ਸਵਾਸ ਅੰਦਰ ਟਿਕਾਏ ਨੇ, ਸੋਹਣਾ ਸਰੀਰ ਦਿੱਤਾ ਹੈ, ਸਰੀਰ ਦੀ ਗੱਡੀ ਜਿਹਦੇ ਕਰਕੇ ਚੱਲੀ ਜਾਂਦੀ ਹੈ, ਜਿਹਦੀ ਬਖਸ਼ਿਸ਼ ਨਾਲ। ਸੋ ਉਹ ਮਾਲਕ ਜਿਹੜਾ 100 ਪ੍ਰਾਣਾਂ ਦਾ ਪਤੀ ਹੈ, ਮਾਲਕ ਹੈ, ਇਹ ਢਾਂਚਾ ਦੇਣ ਵਾਲਾ, ਬਖਸ਼ਿਸ਼ ਕਰਨ ਵਾਲਾ, ਜ਼ਿੰਦਗੀ ਦੇਣ ਵਾਲਾ, ਉਹ ਮਾਲਕ ਪਤੀ ਅਕਾਲ ਪੁਰਖ ਦੀ ਯਾਦ ਵਿੱਚ ਇਸ ਜੀਵ ਰੂਪ ਇਸਤਰੀ ਦੀ ਬਤੀਤ ਹੁੰਦੀ ਹੈ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ। ਸਹੁ ਕਹਿੰਦੇ ਪਤੀ ਨੂੰ, ਮਾਲਕ ਹੈ ਜੋ ਵਿਹਾਵੈ, ਬਤੀਤ ਹੁੰਦੀ ਹੈ ਜੀ ਉਹ ਸਮਾਂ ਭਾਵ ਜਿਹੜਾ ਗੁਰੂ ਕੀ ਸਤਸੰਗਤ ਵਿੱਚ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦਿਆਂ ਹੋਇਆਂ, ਗੁਰੂ ਕੀ ਬਾਣੀ ਸੁਣਦਿਆਂ ਹੋਇਆਂ, ਪੜ੍ਹਦਿਆਂ ਹੋਇਆਂ, ਕੀਰਤਨ ਸੁਣਦਿਆਂ, ਕਥਾ ਸੁਣਦਿਆਂ, ਜਾਪ ਕਰਦਿਆਂ ਬਤੀਤ ਹੁੰਦਾ ਹੈ। ਐਸਾ ਸਮਾਂ ਸਫਲਾ ਹੈ, ਇਹਨੂੰ ਧੰਨਤਾ ਦੇ ਜੋਗ ਕਿ ਆਪਾਂ ਵਡਭਾਗੇ ਹਾਂ। ਸੋ ਭਾਵੇਂ ਮੌਸਮ ਜਿਹੜਾ ਉਹ ਜਿਹਾ ਹੈ, ਮੀਂਹ ਪਈ ਜਾਂਦਾ ਹੈ, ਪਰ ਧੰਨਤਾ ਯੋਗ ਹੋ ਜਿਹੜੇ ਫਿਰ ਵੀ ਆਪਣੇ ਨੇਮ ਪ੍ਰੇਮ ਨਾਲ ਗੁਰੂ ਕੇ ਦਰਸ਼ਨ ਦੀਦਾਰੇ ਕਰਦੇ ਹਨ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਸਾਡਾ ਗਾਵਿਆ ਸੁਣਿਆ ਹੋਇਆ ਥਾਏ ਪੈ ਜਾਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੇ ਹਨ, ਅੱਜ ਦੇ ਪਾਵਨ ਸ਼੍ਰੀ ਮੁਖਵਾਕ 719 ਅੰਗ ਤੋਂ ਪ੍ਰਾਰੰਭ ਹੋ ਕੇ 720 ਅੰਗ 'ਤੇ ਸੰਪੂਰਨ ਹੁੰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ। ਸੋ ਉਹਨਾਂ ਦੀ ਮੁਬਾਰਕ ਰਸਨਾ ਤੋਂ ਬਖਸ਼ਿਸ਼ ਕੀਤੇ ਹੋਏ ਜੋ ਬੈਰਾੜੀ ਰਾਗ ਆ, 2 ਅੰਗ ਦਾ, ਕੇਵਲ 1 ਪੱਤਰਾ ਹੈ ਇਸ ਰਾਗ ਦਾ, ਛੋਟਾ ਜਿਹਾ ਰਾਗ ਹੈ, ਆਪ ਜੀ ਦਾ ਹੀ ਉਚਾਰਨ ਕੀਤਾ ਹੋਇਆ। ਕੁੱਲ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ 20-19 ਰਾਗਾਂ ਵਿੱਚ ਹੀ ਹੈ। ਸੋ ਬਾਕੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਉਹੀ ਰਾਗ ਵਰਤੇ ਨੇ, ਉਹਨਾਂ 17 ਰਾਗ ਹੀ ਵਰਤੇ ਹਨ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਕੀ ਜਿਹੜੇ 11 ਰਾਗ ਹੋਰ ਗਾਏ ਨੇ। ਸੋ 30 ਰਾਗਾਂ ਵਿੱਚ ਆਪ ਜੀ ਦੀ ਪਾਵਨ ਬਾਣੀ ਹੈ। ਇਹ ਜਿਹੜਾ ਰਾਗ ਹੈ ਸਾਧ ਸੰਗਤ ਜੀ ਬੈਰਾੜੀ, ਇਹ ਸਾਰੇ ਦਾ ਸਾਰਾ ਹੀ ਆਪ ਜੀ ਦਾ ਹੀ ਬਖਸ਼ਿਸ਼ ਕੀਤਾ ਹੋਇਆ ਹੈ। ਔਰ ਇੱਕੋ ਇੱਕ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ, ਬਾਕੀ 6 ਸ਼ਬਦ, ਕੁੱਲ 7 ਨੇ, 2-2 ਪਦਿਆਂ ਵਾਲੇ ਛੋਟੇ ਸ਼ਬਦ, 6 ਸ਼ਬਦ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਨੇ ਪ੍ਰਾਰੰਭ ਕਰਕੇ ਬਖਸ਼ਿਸ਼ ਕੀਤੇ ਹਨ। ਇੱਕੋ ਇੱਕ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਜਿਹੜਾ ਆਪਾਂ ਗਾਉਂਦੇ ਹਾਂ ਕਿ ਸੰਤ ਜਨਮ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੂਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਇਹ ਸ਼ਬਦ 2-2 ਪਦਿਆਂ ਵਾਲੇ ਛੋਟੇ ਸ਼ਬਦ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਉਹਨਾਂ ਵਿੱਚੋਂ 3 ਸ਼ਬਦ ਹੈ 6 ਵਿੱਚ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਸਿੱਖਾਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਉਂਝ ਕਹਿਣ ਨੂੰ ਤਾਂ ਹਰ ਕੋਈ ਕਹਿੰਦਾ ਮੈਂ ਵਾਹਿਗੁਰੂ ਦਾ ਜਨ ਬਣ ਗਿਆ, ਪਿਆਰਾ ਬਣ ਗਿਆ ਵਾਂ। ਸੋ ਸੱਚੇ ਪਾਤਸ਼ਾਹ ਜੀ, ਤੁਸੀਂ ਦੱਸੋ ਵੀ ਹਰ ਜਨ ਕਿਹੋ ਜਿਹਾ ਹੁੰਦਾ, ਉਹਦੀ ਕਿਹੋ ਜਿਹੀ ਜੀਵਨ ਸ਼ੈਲੀ ਹੁੰਦੀ ਹੈ। ਹਰੀ ਦਾ ਜਨ ਜਿਹੜਾ ਰੱਬ ਦਾ ਪਿਆਰਾ, ਅਕਾਲ ਪੁਰਖ ਦਾ ਪਿਆਰਾ ਜਿਹੜਾ, ਉਹਦੇ ਨਾਲ ਮਿਲ ਗਿਆ, ਜਿਹੜਾ ਇੱਕ ਮਿਕ ਹੋ ਗਿਆ ਹੈ,
ਕਿਵੇਂ ਹੋਇਆ ਜਾਂਦਾ, ਕਿਹੋ ਜਿਹੀ ਉਹਦੀ ਜੀਵਨ ਸ਼ੈਲੀ ਹੋਣੀ ਚਾਹੀਦੀ। ਸੋ ਉਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ। ਹਰੀ ਦਾ ਜਨ ਜਿਹੜਾ ਹੈ ਉਹਨੂੰ ਕੀ ਕਰਨਾ ਚਾਹੀਦਾ, ਜਿਸ ਕਰਕੇ ਭਗਤੀ ਕਰਦਿਆਂ ਹੋ, ਪਹਿਲੀ ਗੱਲ ਕਿ ਵਾਹਿਗੁਰੂ ਦੀ ਭਗਤੀ ਕਰਨੀ ਉਹਦਾ ਮੁੱਖ ਕੰਮ ਹੈ। ਹਰ ਵੇਲੇ ਤਤਪਰ ਰਹਿਣਾ, ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਜੁੜੇ ਰਹਿਣਾ। ਸੋ ਨਾਮ ਦੇ ਰੰਗ ਨੂੰ ਨਾ ਛੱਡਣਾ। ਵਾਹਿਗੁਰੂ ਦੀ ਬੰਦਗੀ ਕਰਦਿਆਂ ਹੋਇਆਂ ਫਿਰ ਬੰਦਗੀ ਨੂੰ ਸਾਂਭ ਕੇ ਰੱਖਣਾ, ਇਹ ਵੀ ਉਹਦਾ ਕੰਮ ਹੈ ਕਿ ਬੰਦਗੀ ਨੂੰ ਐਵੇਂ ਨਹੀਂ ਉਜਾਈ ਗਵਾ ਦੇਣਾ, ਤੌਖਲੇ ਦੇ ਵਿੱਚ ਰਹਿਣਾ, ਥੋੜ੍ਹੀ ਜਿਹੀ ਭਗਤੀ ਕੀਤੀ ਅਤੇ ਉਹਨੂੰ ਕਿਸੇ ਨੂੰ ਸਰਾਫ ਦੇ ਕੇ ਸਹਿਨਸ਼ੀਲਤਾ ਨਾ ਰੱਖਣੀ, ਕਿਸੇ ਨੂੰ ਕੌੜਾ ਬੋਲ ਬੋਲ ਕੇ ਆਪਣੀ ਮੰਜ਼ਿਲ 'ਤੇ ਪਹੁੰਚਣ ਤੱਕ ਰੁਕਾਵਟ ਬਣ ਜਾਣਾ, ਨਾ ਆਪਣੀ ਮੰਜ਼ਿਲ 'ਤੇ ਪਹੁੰਚਣਾ ਅਤੇ ਦੂਜੇ ਦਾ ਵੀ ਨੁਕਸਾਨ, ਜਿਹੜਾ ਭੁੱਲਿਆ ਹੈ ਭਟਕਿਆ ਹੋਇਆ ਹੈ। ਐਸਾ ਵਾਹਿਗੁਰੂ ਦੇ ਜਨ ਰੱਬ ਦੇ ਪਿਆਰੇ ਉਹਦੀ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ, ਉਹਦੇ ਅੰਦਰ ਅਥਾਹ ਸਹਿਨਸ਼ੀਲਤਾ ਚਾਹੀਦੀ। ਵਾਹਿਗੁਰੂ ਦੇ ਗੁਣ ਗਾਉਂਦਾ ਗਾਉਂਦਾ ਹੋਇਆ ਵਾਹਿਗੁਰੂ ਵਰਗਾ ਸੁਭਾਅ ਜਿਹੜਾ ਅਕਾਲ ਪੁਰਖ ਦਾ ਹੈ ਉਹ ਬੇਅੰਤ ਜੀਵਾਂ ਨੂੰ ਪੈਦਾ ਕਰਦਾ ਹੈ, ਉਹਨਾਂ ਦੀ ਪ੍ਰਤਪਾਲਣਾ ਕਰਦਾ ਹੈ, ਉਹਨਾਂ ਦੇ ਔਗਣਾਂ ਨੂੰ ਵੇਖਦਾ ਹੈ, ਪਾਪਾਂ ਗੁਨਾਹਾਂ ਔਗਣਾਂ ਨੂੰ ਵੇਖਦਾ ਹੈ, ਪਰ ਫਿਰ ਵੀ ਸਹਾਰਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਸੋ ਜੀਵਾਂ ਨੂੰ ਦੋਸ਼ੀਆਂ ਨੂੰ ਵੇਖਦਾ ਹੋਇਆ ਵੀ ਉਪਜੀਵਿਕਾ ਦਾ ਦਾਨ ਦਿੰਦਾ, ਉਹਨਾਂ 'ਤੇ ਤਰਸ ਕਰਦਾ ਹੈ, ਪ੍ਰਤਪਾਲਣਾ ਕਰਦਾ ਹੀ ਰਹਿੰਦਾ ਹੈ। ਪਾਪੀਆਂ ਨੂੰ ਪਾਮਰਾਂ ਨੂੰ ਭੁੱਖੇ ਨਹੀਂ ਮਾਰਦਾ, ਲਕਸ਼ਮੀ ਉਹਨਾਂ ਕੋਲ ਵੀ ਬਹੁਤ ਹੁੰਦੀ ਹੈ। ਸੋ ਐਸਾ ਜਿਹੜਾ ਉਹਦਾ ਦਿਆਲੂ ਸੁਭਾਅ ਹੈ ਅਕਾਲ ਪੁਰਖ ਦਾ, ਵਾਹਿਗੁਰੂ ਦੇ ਪਿਆਰੇ ਨੂੰ ਗੁਣ ਗਾਉਣ ਵਾਲੇ ਨੂੰ ਵੀ ਉਹੋ ਜਿਹਾ ਸੁਭਾਅ ਧਾਰਨ ਕਰਨਾ ਪੈਣਾ ਹੈ। ਜੇ ਉਹੋ ਜਿਹਾ ਸੁਭਾਅ ਕਰੂਗਾ ਤਾਂ ਤਾਂ ਹੀ ਉਹਦੇ ਨਾਲ ਮਿਲਿਆ ਜਾਊਗਾ ਨਾ, ਇੱਕ ਮਿੱਕ ਹੋਇਆ ਜਾਵੇ। ਰੱਬ ਵਰਗਾ ਸੁਭਾਅ, ਵਾਹਿਗੁਰੂ ਜੀ ਵਰਗਾ, ਪਹਿਲੀ ਕਾਰ ਉਹਦੀ ਆ ਵੀ ਉਹ ਹਰ ਵੇਲੇ ਤਤਪਰ ਰਹੇ, ਗੁਣ ਗਾਉਂਦਾ ਰਹੇ, ਵਾਹਿਗੁਰੂ ਸਿਫਤ ਸਲਾਹ ਦੇ ਗੀਤ ਗਾਉਣੇ ਨਾ ਛੱਡੇ, ਅਤੇ ਭਾਵੇਂ ਉਹਨੂੰ ਕੋਈ ਕੁਝ ਕਹੀ ਜਾਵੇ ਭਾਵੇਂ ਕੁਝ ਕਵੇ, ਉਹ ਆਪਣਾ ਮਿਸ਼ਨ ਜਿਹੜਾ ਉਹਦੇ ਵਿੱਚ ਤੁਰਿਆ ਰਹੇ। ਸੋ ਜਿਸ ਕਰਕੇ ਉਹਦਾ ਭਗਤੀ ਦਾ ਫਲ ਜਿਹੜਾ ਹੈ ਉਹ ਫਲੀਭੂਤ ਹੋਵੇ, ਗਿਆਨ ਦਾ ਪ੍ਰਗਾਸ਼ ਹੋ ਜਾਵੇ ਅੰਦਰ ਹਿਰਦੇ ਦੇ ਵਿੱਚ, ਅਗਿਆਨ ਦਾ ਹਨੇਰਾ ਨਾਸ ਹੋ ਕੇ ਗਿਆਨ ਦਾ ਪ੍ਰਗਾਸ਼ ਹੋ ਜਾਵੇ, ਗੁਰੂ ਪਰਮੇਸ਼ਰ ਦਾ ਦਰ 'ਤੇ ਭਗਤੀ ਕਰਦਾ ਹੋਇਆ ਸਵੀਕਾਰ ਹੋ ਜਾਵੇ, ਕਬੂਲ ਪੈ ਜਾਵੇ, ਸਤਿਗੁਰੂ ਦੀ ਪ੍ਰਸੰਨਤਾ ਲੈ ਲਵੇ, ਉਹ ਹੀ ਜਾਣਿਆ ਉਹ ਰੱਬ ਦਾ ਪਿਆਰਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਨਸ਼ੀਲਤਾ ਦਾ ਉਪਦੇਸ਼ ਦਿੰਦੇ ਹਨ, ਅਤੇ ਗਿਆਨਵਾਨ ਹੋਵੇ ਸੋ ਕਿ ਵਾਹਿਗੁਰੂ ਦੇ ਸਭ ਜੀਵ ਨੇ ਜਿਹੜਾ ਗਿਆਨਤਾ ਦਾ ਹਨੇਰਾ ਵਾ ਅੰਦਰ, ਉਹ ਵਾਹਿਗੁਰੂ ਨੇ ਹੀ ਪਾਇਆ ਹੋਇਆ ਹੈ, ਅਕਾਲ ਪੁਰਖ ਦੀ ਮਾਇਆ ਕਰਕੇ ਹੀ ਵਰਤ ਰਿਹਾ ਹੈ ਸਭ ਜੀਵਾਂ ਦੇ ਅੰਦਰ। ਇਹ ਭਾਵ ਵੀ ਰੱਖੇ, ਖਿਆਲ ਵੀ ਰੱਖੇ, ਗਿਆਨ ਹੋ। ਸੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਰੱਬ ਦਾ ਪਿਆਰੇ ਨੂੰ ਕੀ ਕਰਨਾ ਚਾਹੀਦਾ ਹੈ, ਕਿਹੋ ਜਿਹੀ ਉਹਦੀ ਜੀਵਨ ਸ਼ੈਲੀ ਹੋਣੀ ਚਾਹੀਦੀ, ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ। ਪਹਿਲੀਆਂ ਦੋਵੇਂ ਤੁਕਾਂ ਰਹਾਓ ਵਾਲੀਆਂ ਨੇ, ਮੂਲ ਰੂਪ ਹਨ ਸਿਧਾਂਤ, ਜਿਨ੍ਹਾਂ ਵਿੱਚ ਕਥਨ ਕੀਤਾ ਹੈ ਕਿ ਬੰਦਗੀ ਕਰਨ ਵਾਲੇ ਵਾਸਤੇ ਕਿਹੜੇ ਮੁੱਖ ਗੁਣ ਨੇ ਜਿਹੜੇ ਉਹਨੇ ਨਹੀਂ ਤਿਆਗਣੇ, ਤਾਂ ਕਿ ਉਹ ਕਾਮਯਾਬ ਹੋ ਜਾਵੇ ਆਪਣੇ ਮਿਸ਼ਨ ਵਿੱਚ, ਉਹਨੂੰ ਪ੍ਰਾਪਤੀ ਹੋ ਜਾਵੇ। ਹਰ ਜਨ ਰਾਮ ਨਾਮ ਗੁਣ ਗਾਵੈ। ਜਿਹੜਾ ਭਾਈ ਹਰੀ ਦਾ ਜਨ ਆ, ਪਿਆਰਾ ਹੈ, ਜਿਹੜਾ ਤੁਰ ਪਿਆ ਹੈ, ਜਿਹਨੂੰ ਗਿਆਨ ਹੋ ਗਿਆ,
ਕਰਮਾਂ ਭਾਗਾਂ ਵਾਲਾ ਹੈ। ਸੁੱਤਾ ਹੋਇਆ ਮਨ ਜੀ ਦਾ ਜਾਗ ਪਿਆ ਹੈ। ਸੋ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਪਈ ਹੈ, ਵਾਹਿਗੁਰੂ ਦੇ ਨਾਮ ਦਾ ਰਸ ਆਉਣ ਲੱਗ ਪਿਆ ਹੈ। ਹਰ ਜਨ ਰਾਮ ਨਾਮ ਗੁਣ ਗਾਵੈ। ਜਿਹੜਾ ਇੱਕ ਦੀ ਉਪਾਸ਼ਨਾ ਦੇ ਨਾਲ ਮਨ ਜੀ ਦਾ ਮੰਨ ਗਿਆ ਹੈ, ਹਰੀ ਦਾ ਜਨ ਇੱਕ ਦੀ ਉਪਾਸ਼ਨਾ ਦੇ ਨਾਲ ਮਨ ਪਤੀਜ ਗਿਆ ਹੈ, ਸਭ ਪੂਜਾ ਪ੍ਰਤਿਸ਼ਠਾ ਸਭ ਵਹਿਮ ਭਰਮ ਪਖੰਡ ਨਿਕਲ ਗਏ ਨੇ, ਉਹ ਹਰੀ ਦਾ ਜਨ ਹੈ ਤੁਰਿਆ। ਹਰ ਜਨ ਰਾਮ ਨਾਮ ਗੁਣ ਗਾਵੈ। ਮਹਾਰਾਜ ਜੀ ਕਹਿੰਦੇ ਐਸਾ ਜਿਹੜਾ ਪੁਰਸ਼ ਆ, ਵਾਹਿਗੁਰੂ ਦੀ ਉਪਾਸ਼ਨਾ ਤੋਂ ਬਿਨਾਂ, ਵਾਹਿਗੁਰੂ ਦੀ ਭਗਤੀ ਕਰਨ ਤੋਂ ਬਿਨਾਂ ਜਿਹੜਾ ਦੂਜਾ ਕਿਸੇ ਨੂੰ ਹੋਰ ਅੱਖ ਥੱਲੇ ਨਹੀਂ ਲਿਆਉਂਦਾ। ਅਤੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛੱਡ ਕੈ ਗਹਿਓ, ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਇੱਕ ਦਾ ਉਪਾਸ਼ਕ ਆ, ਮਨ ਬਾਣੀ ਸਰੀਰ ਕਰਕੇ ਝੁਕਦਾ ਵੀ ਇੱਕ ਦੇ ਅੱਗੇ ਹੀ ਹੈ, ਨਹੀਂ ਸਿਰ ਹੋਰ ਕਿਸੇ ਪਾਸੇ ਸੁਪਨੇ ਮਾਤਰ ਵੀ ਝੁਕਣ ਦਿੰਦਾ। ਮਨ ਬਾਣੀ ਸਰੀਰ ਕਰਕੇ ਵੀ ਇੱਕ ਨੂੰ ਮੱਥਾ ਟੇਕਦਾ, ਅਕਾਲ ਪੁਰਖ ਦੇ ਅੱਗੇ ਝੁਕਦਾ ਗੁਰੂ ਪਰਮੇਸ਼ਰ ਦੇ ਦਰ ਤੇ, ਅਤੇ ਮਨ ਕਰਕੇ ਵੀ ਗੁਣ ਇੱਕ ਦੇ ਗਾਉਂਦਾ ਹੈ, ਪ੍ਰੀਤ ਇੱਕ ਦੀ ਪੈਦਾ ਹੋ ਗਈ। ਸੋ ਮਨ ਕਰਕੇ ਵੀ ਇੱਕ ਨੂੰ ਧਿਆਉਂਦਾ ਹੈ ਅਤੇ ਰਸਨਾ ਦੁਆਰਾ ਵੀ ਇੱਕ ਦੇ ਗੁਣ ਗਾਉਂਦਾ ਹੈ, ਉਹ ਹੈ ਹਰੀ ਦਾ ਜਨ ਪਿਆਰਾ ਗੁਰਮੁਖ ਸੰਤ ਭਗਤ ਗੁਰਸਿੱਖ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ ਕਿ ਹਰ ਜਨ ਰਾਮ ਨਾਮ ਗੁਣ ਗਾਵੈ। ਹਰੀ ਵਾਹਿਗੁਰੂ ਦਾ ਪਿਆਰਾ ਜਿਹੜਾ ਉਹ ਰਾਮ ਨਾਮ, ਰਮੇ ਹੋਏ ਰਾਮ ਦੇ, ਰਮੰਤੀ ਰਾਮ ਦੇ। ਸੋ ਇੱਕ ਦੇਸ਼ੀ ਨਹੀਂ ਉਹ ਸਮਝਦਾ ਜਿਹੜਾ ਸਰਬ ਵਿਆਪਕ ਹੈ। ਹਰੀ ਦਾ ਜਨ ਜਿਹੜਾ ਰਮੰਤੀ ਰਾਮ ਦੇ ਸਰਬ ਵਿਆਪਕ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੇ ਗੁਣ ਗਾਉਂਦਾ ਹੈ। ਪਹਿਲਾ ਕੰਮ ਹੈ ਉਹਦਾ ਵੀ ਰਾਮ ਨਾਮ ਗੁਣ ਗਾਵੈ, ਗਾਈ ਜਾਵੇ, ਰਮੇ ਹੋਏ ਰਮੰਤੀ ਰਾਮ ਦੇ ਨਾਮ ਦੇ ਗੁਣ ਗਾਵੈ, ਗੁਣ ਗਾਉਂਦਾ ਹੈ, ਉਹ ਗੁਣ ਗਾਈ ਜਾਵੇ। ਆਪਣੀ ਜਿਹੜੀ ਪ੍ਰਕਿਰਿਆ ਇਹ ਨਾ ਛੱਡੇ, ਹਰ ਵੇਲੇ ਤਤਪਰ ਰਵੇ, ਵਾਹਿਗੁਰੂ ਦੀ ਭਗਤੀ ਕਰਦਾ ਰਵੇ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਆਧਾਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਜਿਉਣਾ ਕਿਵੇਂ ਹੋਊਗਾ, ਮੈਂ ਤਾਂ ਮਰ ਜੂੰ ਕਬੀਰ, ਜੇ ਤੇਰੇ ਰਮੇ ਹੋਏ ਰਾਮ ਦਾ ਸਰਬ ਵਿਆਪਕ ਅਕਾਲ ਪੁਰਖ ਤੇਰੇ ਨਾਮ ਦਾ ਮੈਨੂੰ ਆਸਰਾ ਨਾ ਮਿਲੇ, ਜੇਕਰ ਮੈਨੂੰ ਆਸਰਾ ਟੁੱਟ ਜਾਵੇ, ਤੂੰ ਭੁੱਲ ਜਾਵੇਂ, ਮੈਂ ਨਹੀਂ ਬਚ ਸਕਦਾ, ਮੈਂ ਮਰ ਜਾਵਾਂ। ਸੋ ਹਰ ਵੇਲੇ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਆਧਾਰਾ। ਮਹਾਰਾਜ ਸੱਚੇ ਪਾਤਸ਼ਾਹ ਹਰ ਵੇਲੇ ਗਾਵੇ ਆਖਾਂ ਜੀਵਾਂ ਵਿਸਰੈ ਮਰ ਜਾਊਂ। ਸੋ ਜੇ ਆਖਦੇ ਹਾਂ ਤਾਂ ਜਿਉਂਦੇ ਹਾਂ, ਜੇ ਭੁੱਲ ਜਾਂਦਾ ਵਾਹਿਗੁਰੂ ਦਾ ਨਾਮ, ਉਹਦੀ ਯਾਦ, ਉਹਦਾ ਚਿੰਤਨ, ਉਹਦਾ ਧਿਆਨ ਛਿਣ ਮਾਤਰ ਨਿਕਲਦਾ ਅਤੇ ਮਰਨ ਤੋਂ ਉਹਨੇ ਮਨ ਨੂੰ ਬਹੁਤ ਜ਼ਿਆਦਾ ਘਾਟਾ ਪੈਂਦਾ, ਵਿਸਰੈ ਮਰ ਜਾਓ। ਹਰ ਜਨ ਰਾਮ ਨਾਮ ਗੁਣ ਗਾਵੈ, ਪਹਿਲਾ ਉਹਦਾ ਜੀਵਨ ਹੈ ਜੇ ਆਪਣੇ ਆਪ ਨੂੰ ਰੱਬ ਦਾ ਪਿਆਰਾ ਸਮਝਦਾ ਬਣਾਉਣਾ ਹੈ ਕਿ ਰੱਬ ਗਲਵਕੜੀ ਵਿੱਚ ਲੈ ਲਵੇ, ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਅਤੇ ਉਹ ਰਮੇ ਹੋਏ ਰਾਮ ਦੇ, ਰਮੰਤੀ ਰਾਮ ਦੇ ਹਰ ਵੇਲੇ ਪਰਿਪੂਰਨ ਸਮਝ ਕੇ ਉਹਨੂੰ ਨੇੜੇ ਤੋਂ ਨੇੜੇ ਵਾਹਿਗੁਰੂ ਦੇ ਗੁਣ ਹੀ ਗਾਉਂਦਾ ਰਵੇ, ਨੇੜੇ ਤੋਂ ਨੇੜੇ। ਇਹ ਵੀ ਪਾਵਨ ਬਚਨ ਆਏ, ਹਰ ਜਨ ਕਹੋ ਇਹੀ ਸੁਹਾਵੈ। ਹਰੀ ਦੇ ਜਨ ਨੂੰ ਰੱਬ ਦੇ ਪਿਆਰੇ ਨੂੰ ਇਹੀ ਸੋਭਦਾ ਹੈ। ਕੀ ਸੋਭਦਾ ਹੈ? ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਪੇਖ ਨਿਕਟ ਰੱਬ ਨੂੰ ਨੇੜੇ ਤੋਂ ਨੇੜੇ ਅਨੁਭਵ ਕਰ,
ਹਰ ਵੇਲੇ ਉਹਨੂੰ ਵਾਹਿਗੁਰੂ ਦਾ ਪੱਖ ਜਿਹੜਾ ਟੁੱਟ ਸਮਝੇ ਕਿ ਹਰ ਵੇਲੇ ਹਾਜ਼ਰ ਨਾਜ਼ਰ ਹੈ, ਹਰ ਇੱਕ ਜਗ੍ਹਾ 'ਤੇ ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤਾ ਨਾ ਭਇਓ ਦੂਰਾਈ, ਇਹ ਨਿਸ਼ਚਾ ਹੋਣਾ ਚਾਹੀਦਾ ਹੈ। ਵੇਖ ਨਿਕਟ ਕਰ ਸੇਵਾ ਸਤਿਗੁਰ, ਰੱਬ ਨੂੰ ਨੇੜੇ ਤੋਂ ਨੇੜੇ ਸਮਝੇ, ਸਾਰੇ ਥਾਵਾਂ ਇੱਕ ਦੇਸ਼ੀ ਨਹੀਂ ਸਰਬ ਵਿਆਪ, ਕਰ ਸੇਵਾ ਸਤਿਗੁਰ, ਫਿਰ ਸਤਿਗੁਰੂ ਨੂੰ ਉਹਦਾ ਸਾਕਾਰ ਰੂਪ ਜਾਣ ਕੇ ਸੇਵਾ ਕਰੇ, ਨਿਸ਼ਕਾਮ ਸੇਵਾ ਕਰੇ ਸਤਿਗੁਰੂ ਦੀ। ਸੱਚ ਹੈ ਜੇ ਕੋਈ ਜਨ ਹੋਵੇ ਤਾਂ ਉਹ ਨਹੀਂ ਝਿਜਕਦਾ, ਉਹ ਤਾਂ ਆ ਕੇ ਚੌਰ ਫੜ ਹੀ ਲਵੇਗਾ। ਜਿਹੜਾ ਪਿਆਰਾ ਹੋਊਗਾ ਸਾਧੂ ਮਹਾਤਮਾ, ਉਹ ਨਹੀਂ ਕਹੂਗਾ ਕਿ ਜੇ ਮੈਂ ਚੌਰ ਫੜ ਲਈ ਸ਼ਾਇਦ ਮੈਨੂੰ ਲੋਕ ਇਹ ਨਾ ਕਹਿਣ ਇਹ ਵੀ ਚੌਰ ਕਰਦਾ, ਮੈਂ ਤਾਂ ਮੱਥਾ ਟਿਕਾਉਣਾ ਸੀ। ਇਹੋ ਜਿਹਾ ਨਹੀਂ ਹੁੰਦਾ ਜਨ, ਸੋ ਉਹ ਫੱਬ ਕੇ ਨਹੀਂ ਬੈਠਦਾ। ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵ ਹੈ, ਸਾਰੇ ਥਾਵਾਂ 'ਤੇ ਨੇੜੇ ਵੇਖਦਾ ਅਤੇ ਪ੍ਰਤੱਖ ਜਾਣ ਕੇ ਸਤਿਗੁਰੂ ਨੂੰ ਉਹਦਾ ਰੂਪ ਸੇਵਾ ਕਰਦਾ ਗੁਰੂ ਦੀ। ਅਤੇ ਕੀਰਤਨ ਭਗਤੀ ਵਾਹਿਗੁਰੂ ਦਾ ਜਸ ਸੁਣ ਕੇ ਰੱਜ ਆਉਂਦਾ, ਹਰ ਕੀਰਤਨ ਹੀ ਤ੍ਰਿਪਤਾਵ ਹੈ, ਵਾਹਿਗੁਰੂ ਦਾ ਜਸ ਸੁਣ ਕੇ ਰੱਜ ਆਉਂਦਾ। ਸੱਚ ਹੈ ਜਿਹਨਾਂ ਮਹਾਂਪੁਰਸ਼ਾਂ ਨਾਲ ਰਹੇ ਹੈ ਪ੍ਰਤੱਖ ਇਹ ਗੱਲਾਂ ਵੇਖੀਆਂ ਸੀ ਉਹਨਾਂ ਦੇ ਜੀਵਨ ਵਿੱਚ ਪ੍ਰਤੱਖ। ਦੋ ਦੋ ਘੰਟੇ 90 ਸਾਲ ਦੀ ਉਮਰ ਸੀ ਉਹਨਾਂ ਦੀ, ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ, 10 ਸਾਲ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਹੈ। ਇਹੋ ਜਿਹਾ ਜੀਵਨ, ਬੜੇ ਸਾਧੂਆਂ ਦੇ ਸਮਾਗਮਾਂ 'ਚ ਜਾਂਦੇ ਸੀ, ਜਦੋਂ ਜਾਵੜਦੇ ਸੀ ਸਭ ਸ਼ੈ ਹੋ ਜਾਂਦੇ ਸੀ, ਇੰਨਾ ਪ੍ਰਭਾਵ ਸੀ ਉਹਨਾਂ ਦਾ ਬੰਦਗੀ ਦਾ। ਸੋ ਮਹਾਂਪੁਰਸ਼ ਦੋ ਦੋ ਘੰਟੇ ਦੀਵਾਨ ਵਿੱਚ ਜਾ ਕੇ ਚੌਰ ਫੜ ਲੈਂਦੇ ਸੀ, ਖੜੋ ਕੇ ਚੌਰ ਕਰਦੇ ਨੇ, ਥੱਕ ਜਾਂਦੇ ਸੀ ਫਿਰ ਫੜਨੀ ਚੌਰ ਉਹਨਾਂ ਤੋਂ ਸਿੰਘਾਂ ਨੇ। ਕੀਰਤਨ ਸੁਣਦੇ ਰਹਿੰਦੇ ਸੀ ਸਾਧ ਸੰਗਤ ਵਿੱਚ ਆ ਕੇ, ਜਦੋਂ 4 ਵਜੇ ਕੀਰਤਨ ਸ਼ੁਰੂ ਹੁੰਦਾ ਸੀ ਮੈਤੇ, ਸ਼ਾਮ ਨੂੰ ਉਦੋਂ ਹੀ ਨਿਕਲੇ ਆਉਂਦੇ ਸੀ, ਭਾਵੇਂ ਸਾਰਾ ਦਿਨ ਬਾਣੀ ਸੁਣਦੇ ਸੀ, ਸਾਰਾ ਦਿਨ, ਕਈ ਵਾਰ 1 ਘੰਟਾ ਹੀ ਸੌਂਦੇ ਸੀ ਰਾਤ। ਅਤੇ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਣਾ, ਸਿੰਘਾਂ ਨੇ ਕੀਰਤਨ ਕਰਨਾ, ਕਈ ਵਾਰ ਪਚੰਗੀ ਕਰਦੇ ਹੁੰਦੇ ਸੀ, ਅੰਦਰ ਬੈਠ ਕੇ ਕੀਰਤਨ ਸੁਣੀ ਜਾਣਾ, ਇੰਨਾ ਕੁ ਰਸ ਆਉਣਾ ਵੀ ਜਿੰਨੀ ਮਾਇਆ ਹੋਣੀ ਸਾਰੀ ਕੱਢ ਕੇ ਵਾਜੇ 'ਤੇ ਰੱਖ ਦੇ, ਕਹਿਣਾ ਧੰਨ ਹੋ ਪਚੰਗੀ ਹੋ ਤੁਸੀਂ, ਰਸ ਆਉਂਦਾ ਸੀ ਨਾ ਉਹਨਾਂ ਨੂੰ। ਹਰ ਕੀਰਤਨ ਹੀ ਤ੍ਰਿਪਤਾਵ ਹੈ, ਕਥਾ ਸੁਣ ਕੇ ਬੜੇ ਖੁਸ਼ ਹੁੰਦੇ ਸੀ, ਕਈ ਵਾਰ ਤਾਂ ਸਿੰਘਾਂ ਨੂੰ ਜੱਫੀ ਪਾ ਲੈਂਦੇ ਸੀ, ਆਹ ਭਾਈ ਬਲਜੀਤ ਸਿੰਘ ਰਾਗੀ ਨੇ ਇੱਥੇ, ਇਹ ਵੀ ਉਦੋਂ ਹੀ ਰਹੇ ਨੇ ਸਾਡੇ ਵੇਲੇ ਸਾਰੇ ਸਿੰਘ, ਇਹਨਾਂ ਨੂੰ ਇੱਕ ਵਾਰ ਇੰਨਾ ਕੀਰਤਨ ਉਹਨਾਂ ਨੂੰ ਆਨੰਦ ਇੰਨਾ ਆਇਆ, ਕਹਿ ਰਸ ਵਿੱਚ ਪਹੁੰਚ ਗਏ, ਜੱਫੀ ਪਾ ਲਈ ਸੀ ਇਹਨਾਂ ਨੂੰ, ਕੀਰਤਨ ਕਰਨ ਤੋਂ ਬਾਅਦ ਉੱਠਣ ਲੱਗਿਆ, ਇੰਨੇ ਖੁਸ਼ ਹੋ, ਇੰਨਾ ਉਹਨਾਂ ਨੂੰ ਆਨੰਦ ਆਉਂਦਾ ਸੀ ਰੱਬ ਦੇ ਪਿਆਰਿਆਂ। ਉਹ ਜਨ ਸਨ ਅਤੇ ਆਪਣੇ ਆਪ ਨੂੰ ਨਾ ਸੰਤ ਖਵਾਇਆ, ਕੁਝ ਨਹੀਂ ਖਵਾਇਆ, ਦਾਸਨ ਦਾਸਕ ਸੇਵਾ ਇੰਨੀ ਕੀਤੀ, ਅਖੀਰ ਤੱਕ ਕਰਦੇ ਰਹੇ, ਅਖੀਰ ਤੱਕ ਭਾਂਡੇ ਮਾਂਜਣ ਦੀ ਸੇਵਾ। ਸੋ ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵ ਹੈ, ਵਾਹਿਗੁਰੂ ਦੇ ਕੀਰਤਨ ਦੇ ਭੋਜਨ ਵਿੱਚ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਇਹ ਵੀ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਨੇ, ਭੋਜਨ ਛਕਦੇ ਨੇ ਵਾਹਿਗੁਰੂ ਦੇ ਕੀਰਤਨ ਦਾ ਜਸ ਦਾ। ਹਰ ਜਨ ਰਾਮ ਨਾਮ ਗੁਣ ਗਾਵੇ, ਰਮੇ ਹੋਏ ਰਾਮ ਦੇ, ਰਮੰਤੀ ਰਾਮ ਦੇ ਗੁਣ ਗਾਵੇ ਸੁਣੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜੇ ਕੋਈ ਭਾਈ ਉਸ ਪਿਆਰੇ ਦੀ, ਬਈ ਇਹ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਮੰਨਦਾ ਹੀ ਨਹੀਂ ਹੈ। ਸੋ ਕਈ ਤਰ੍ਹਾਂ ਦੇ ਲੋਕ ਹੁੰਦੇ ਆ ਨਾ ਖਹਿਣ ਵਾਲੇ, ਆਪ ਤਾਂ ਕੱਚੇ ਹੁੰਦੇ ਆ, ਕੱਚੇ ਪਹਿਲੇ ਸਿੱਖੀ ਵਿੱਚ, ਜਿਹੜੇ ਪਰਪੱਕ ਹੁੰਦੇ ਰੱਬ ਦੇ ਪਿਆਰੇ ਉਹਨਾਂ ਨੂੰ ਵੀ ਕਹਿੰਦੇ ਆ ਮਾੜਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਨਿੰਦਿਆ ਕਰੇ, ਭੁੱਲਿਆ ਭਟਕਿਆ ਉਸ ਹਰੀ ਦੇ ਪਿਆਰੇ ਦੀ, ਰੱਬ ਦੇ ਪਿਆਰੇ ਦੀ, ਸੰਤ ਨੂੰ ਬੁਰਾ ਭਲਾ ਕਵੇ, ਆਪਣਾ ਗੁਣ ਨਾ ਗਵਾਵੇ, ਤਾਂ ਫਿਰ ਉਹ ਆਪਣੇ ਟਿਕਾ ਵਿੱਚ ਟਿਕਿਆ ਰਵੇ, ਆਪਣੇ ਆਨੰਦ ਨੂੰ, ਨਾਮ ਦੇ ਰਸ ਨੂੰ ਉਹ ਨਾ ਛੱਡੇ, ਉਹ ਗਵਾਵੇ ਨਾ। ਕਿ ਜੇ ਉਹਨੇ ਮਾੜਾ ਜਿਹਾ ਕਹਿ ਦਿੱਤਾ ਤਾਂ ਕਹਿ ਲਵੇ ਉਸੇ ਵੇਲੇ ਨਾਲ ਦਿਆਂ ਨੂੰ ਵੀ ਫੜ ਕੇ ਢਾਲੋ ਇਹਨੂੰ, ਆਪਣਾ ਗੁਣ ਜਿਹੜਾ ਕ੍ਰੋਧ ਵਸ ਨਾ ਹੋਵੇ, ਸ਼ਾਂਤ ਸੁਭਾਅ ਰੱਖ, ਆਪਣੀ ਸ਼ਾਂਤੀ ਰੱਖੇ ਕਾਇਮ, ਆਪਣਾ ਗੁਣ ਨਾ ਗਵਾਵੇ। ਗੁਣ ਦਾ ਅਰਥ ਪਹਿਲਾਂ ਆਪਣਾ ਗੁਣ ਖੂਬੀ ਹੈ ਜਿਹੜਾ ਸ਼ਾਂਤ ਰਸ, ਉਹ ਨਾ ਗਵਾਵੇ, ਇਹਨਾਂ ਪੰਜਾਂ ਤੋਂ ਸੁਚੇਤ ਰਹੇ। ਜਿਹੜੇ 5 ਚੋਰ ਨੇ ਹਮੇਸ਼ਾ ਅੰਮ੍ਰਿਤ ਲੁੱਟਦੇ ਹਨ,
ਸ਼ਾਂਤੀ ਨਹੀਂ ਰਹਿਣ ਦਿੰਦੇ। ਇਹਨਾਂ ਤੋਂ ਸੁਚੇਤ ਰਹੇ, ਇਹਨਾਂ ਦਾ ਧਿਆਨ ਰੱਖੇ ਕਿ ਇਹਨਾਂ ਦਾ ਹਮਲਾ ਨਾ ਹੋ ਜਾਵੇ, ਆਪਣਾ ਗੁਣ ਨਾ ਗਵਾਵੇ, ਆਪਣੀ ਸ਼ਾਂਤੀ ਦਾ ਗੁਣ ਨਾ ਗਵਾਵੇ। ਅਤੇ ਗੁਣ ਨੰਨੇ ਨੂੰ ਇੱਥੇ ਔਂਕੜਿਆ, ਇਹਦਾ ਅਰਥ ਹੋਰ ਬਣ ਜਾਂਦਾ ਵੀ ਪਰਉਪਕਾਰ। ਆਪਣਾ ਜਿਹੜਾ ਪਰਉਪਕਾਰ ਕਰਨ ਵਾਲਾ ਸੁਭਾਅ ਹੈ ਨਾ, ਉਹ ਨਾ ਛੱਡੇ। ਭਾਵੇਂ ਕੋਈ ਨਿੰਦਿਆ ਕਰੇ, ਭਾਵੇਂ ਕੋਈ ਬੁਰਾ ਭਲਾ ਕਵੇ, ਰੱਬ ਦਾ ਪਿਆਰਾ ਹਰ ਜਨ ਬਣਦਾ ਹੀ ਉਦੋਂ ਜਦੋਂ ਦੁਆਇਸ਼ ਖਤਮ ਹੋ ਜਾਂਦੀ, ਦੁਬਿਧਾ, ਦੁਆਇਸ਼। ਜਿੰਨਾ ਚਿਰ ਦੁਆਇਸ਼ ਖਤਮ ਨਹੀਂ ਹੁੰਦੀ, ਉਨਾ ਚਿਰ ਸਾਧ ਸੰਗਤ ਜੀ ਬੁਰਾ ਭਲਾ ਆਖਦਾ ਹੈ। ਤਿਚਰ ਬੁਰਾ ਭਲਾ ਆਖਦਾ, ਜਿਚਰ ਹੈ ਦੋਹ ਮਾਹੇ, ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਉਨਾ ਚਿਰ ਬੁਰਾ ਭਲਾ ਕਹਿੰਦਾ ਹੈ ਵੀ ਇਹ ਚੰਗਾ ਹੈ, ਇਹ ਮਾੜਾ ਹੈ। ਉਨਾ ਚਿਰ ਜਿਹਦੇ 'ਚ ਗੁਣ ਹੁੰਦਾ, ਕੋਈ ਚੰਗੀ ਖੂਬੀ ਹੁੰਦੀ, ਉਹਨੂੰ ਸਲਾਹੀ ਜਾਂਦਾ, ਜਿਹ 'ਚ ਨਹੀਂ ਹੁੰਦਾ ਉਹਨੂੰ ਟਕਾ ਟਕਾ ਕੇ ਜ਼ੁਬਾਨ ਦੇ ਜ਼ੋਰ ਨਾਲ ਨਿੰਦੀ ਜਾਂਦਾ ਹੈ। ਇਹ ਅਵਸਥਾ ਜਿਹੜੀ ਜਨ ਦੀ ਨਹੀਂ ਹੈ, ਰੱਬ ਦੇ ਪਿਆਰੇ ਦੀ ਨਹੀਂ ਹੈ, ਪੂਰਨ ਮਹਾਂਪੁਰਸ਼ ਦੀ ਨਹੀਂ, ਇਹ ਸਾਡੇ ਵਰਗੇ ਖਾਲੀ ਭਾਂਡਿਆਂ ਦੀ ਹੈ। ਜਿੰਨਾ ਚਿਰ ਦੁਆਇਸ਼ ਦੇ ਵਿੱਚ, ਸੋ ਆਪਣਾ ਗੁਣ ਨਾ ਗਵਾਵਾ, ਉਹ ਦੁਆਇਸ਼ ਨੂੰ ਮਿਟੇ। ਆਪਣਾ ਪਰਉਪਕਾਰ ਕਰਨ ਦਾ ਸੁਭਾਅ, ਨਿੰਦਿਆ ਕਰਨ ਵਾਲਾ, ਖਹਿਣ ਵਾਲਾ ਹੈ, ਉਹਨੂੰ ਵੀ ਪਰਉਪਕਾਰ ਦਾ ਉਪਦੇਸ਼ ਉਹੀ, ਜਿਹੜਾ ਸੇਵਾ ਕਰਨ ਵਾਲਾ ਹੈ, ਗੁਰਮੁਖ ਆ, ਸ਼ਰਧਾ ਰੱਖਣ ਵਾਲਾ, ਉਹਨੂੰ ਵੀ ਉਹੀ ਉਪਦੇਸ਼ ਜਿਹਦੇ ਨਾਲ ਭਲਾ ਹੋਵੇ। ਨਿੰਦਿਆ ਕਰਨ ਵਾਲੇ ਨੂੰ ਵੀ ਉਹੀ ਉਪਦੇਸ਼। ਉਪਦੇਸ਼ ਸਮ ਮਿੱਤਰ ਸਤਰਾ ਹੈ, ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣਕ, ਇੱਕੋ ਜਿਹਾ ਉਪਦੇਸ਼ ਦਿੰਦਾ ਉਹ। ਆਪਣਾ ਗੁਣ ਪਰਉਪਕਾਰ ਕਰਨ ਦਾ ਉਹ ਨਾ ਗਵਾਵਾ, ਉਹ ਗਵਾਉਂਦਾ ਨਹੀਂ, ਗਵਾਵੇ ਨਾ ਉਹ, ਉਹ ਨਹੀਂ ਗਵਾਉਂਦਾ ਰੱਬ ਦਾ ਪਿਆਰਾ ਅਕਾਲ ਪੁਰਖ ਦਾ। ਜਿਹੜਾ ਕਹਿੰਦਾ ਕੋਈ ਗੱਲ ਨਹੀਂ, ਇਹਨੇ ਆਪਣੇ ਸੁਭਾਅ ਮੁਤਾਬਕ ਕੀਤਾ ਸੀ, ਅਤੇ ਆਪਣਾ ਸੁਭਾਅ ਹੈ। ਆਪਾਂ ਨੂੰ ਲੋਕ ਸੰਤ ਕਹਿੰਦੇ ਨੇ, ਗੁਰਸਿੱਖ ਕਹਿੰਦੇ ਹਨ, ਆਪਾਂ ਕਿਉਂ ਆਪਣਾ ਪਰਉਪਕਾਰ ਵਾਲਾ ਸੁਭਾਅ ਛੱਡੀਏ? ਜੇ ਇਹ ਨਹੀਂ ਆਪਣਾ ਛੱਡਦਾ, ਨੀਚ ਸੁਭਾਅ ਨਹੀਂ ਛੱਡਦਾ। ਆਪਾਂ ਨੂੰ ਗੁਰੂ ਨੇ ਗਿਆਨ ਦਿੱਤਾ ਹੈ, ਧਿਆਨ ਦਿੱਤਾ ਹੈ ਕਿ ਪਰਉਪਕਾਰ ਨਿਤ ਚਿਤ ਵਧੇ ਨਾਹੀ ਕਛ ਪੋਚ। ਉਹ ਪਰਉਪਕਾਰ ਹੀ ਹਮੇਸ਼ਾ ਰੱਬ ਦੇ ਪਿਆਰੇ ਚਿਤਵਦੇ ਨੇ ਕਿ ਹੁਣ ਕਿਹੜੀ ਸੇਵਾ ਕਰਨੀ ਹੈ, ਹੁਣ ਕਿਹੜੀ ਸੇਵਾ ਕਰਾਉਣੀ ਹੈ ਲੋਕਾਂ ਤੋਂ। ਸੋ ਇਉਂ ਕੋਈ ਨਾ ਕੋਈ ਸੇਵਾ ਸਿਮਰਨ ਦੇ ਵਿੱਚ ਲਾਈ ਰੱਖਦੇ ਨੇ, ਉਹਨਾਂ ਨੂੰ ਕੋਈ ਲਿਪਾਏ ਮਾਨਗੀ ਨਹੀਂ ਹੁੰਦੀ ਵੀ ਕੋਈ ਜਿਹੋ ਜਿਹਾ ਮਰਜ਼ੀ ਆਵੇ ਕੋਲ ਅਤੇ ਜਾਵੇ। ਆਪਣਾ ਗੁਣ ਨਾ ਗਵਾਵਾ, ਆਪਣਾ ਪਰਉਪਕਾਰ ਕਰਨ ਵਾਲਾ, ਭਲਾ ਕਰਨ ਵਾਲਾ ਸੁਭਾਅ, ਉਹ ਸ਼ਾਂਤ ਰਸ ਉਹਨੂੰ ਨਾ ਛੱਡੇ, ਫਿਰ ਕਾਮਯਾਬੀ ਹੁੰਦੀ ਹੈ। ਫਿਰ ਆਪਣਾ ਕੀਤਾ ਹੋਇਆ ਸਾਰਾ ਥਾਏ ਪੈ ਜਾਂਦਾ ਹੈ, ਸਤਿਗੁਰੂ ਭਾਗ ਲਾ ਦਿੰਦੇ ਨੇ, ਭਗਤੀ ਕੀਤੀ ਹੋਈ ਫਲੀਭੂਤ ਹੋ ਜਾਂਦੀ ਹੈ, ਕਬਾੜ ਖੁੱਲ੍ਹ ਜਾਂਦੇ ਨੇ। ਰਹਾਓ ਵਿਸਰਾਮ ਦੇ ਕਰਕੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਕਿਛ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੈ। ਇਹ ਨਿਸ਼ਚਾ ਹੋਣਾ ਚਾਹੀਦਾ ਗੁਰੂ ਦੇ ਕੋਲੋਂ ਬਖਸ਼ੇ ਗਿਆਨ ਰਾਹੀਂ, ਜੋ ਕਿਛ ਕਰੇ ਸੋ ਆਪੇ ਸੁਆਮੀ। ਨਿਸ਼ਾਨਾ ਇੱਕ ਰੱਖੇ ਉਹ ਗੁਰਮੁਖ, ਸੋ ਗੁਰਮੁਖਾਂ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਸਾਧ ਸੰਗਤ ਕੂਕਰ ਵਾਲੀ ਨਹੀਂ ਹੁੰਦੀ, ਸ਼ੇਰ ਵਾਲੀ ਹੁੰਦੀ, ਸ਼ੇਰ ਵਾਲੀ। ਜੋ ਕਿਛ ਕਰੇ ਸੋ ਆਪੇ ਸੁ, ਕੂਕਰ ਦੇ ਜੇ ਆਪਾਂ ਮਾਰੀਏ, ਕੋਈ ਢੀਮ ਮਾਰੀਏ ਜਾਂ ਕੋਈ ਡੰਡਾ ਮਾਰੀਏ, ਤਾਂ ਉਹਦਾ ਸੁਭਾਅ ਹੁੰਦਾ ਕੁੱਤੇ ਦਾ, ਉਹ ਜਾਂ ਤਾਂ ਭੱਜ ਕੇ ਢੀਮ ਨੂੰ ਚੁੱਕ ਲਵੇਗਾ ਆਪਣੇ ਮੂੰਹ ਵਿੱਚ, ਉਹਦੇ 'ਤੇ ਗੁੱਸਾ ਆਊਗਾ, ਜਾਂ ਡੰਡਾ ਫੜ ਲਵੇਗਾ। ਅਤੇ ਸ਼ੇਰ ਦੀ ਜਿਹੜੀ ਦ੍ਰਿਸ਼ਟੀ ਹੁੰਦੀ ਹੈ ਉਹ ਸਿੱਧਾ ਵੇਂਹਦਾ ਮਾਰਨ ਵਾਲੇ, ਮਾਰਨ ਵਾਲੇ ਵੱਲ ਆਉਂਦਾ ਹੈ ਸ਼ੇਰ ਜਿਹੜਾ। ਸੋ ਜਿਹੜਾ ਉਹਦੇ ਸਾਹਮਣੇ ਆਉਂਦਾ ਸ਼ੇਰ ਦੇ, ਉਹਦੇ 'ਤੇ ਹਮਲਾ ਕਰਦਾ, ਆਪਣਾ ਬਲ ਲਾਉਂਦਾ ਹੈ, ਤਾਣ ਲਾਉਂਦਾ ਹੈ, ਉਹਦੀ ਪਰਵਾਹ ਨਹੀਂ ਕਰਦਾ ਜੇ ਕੋਈ ਡੰਡਾ ਸੋਟਾ ਹੁੰਦਾ ਹੈ। ਇਸ ਤਰ੍ਹਾਂ ਰੱਬ ਦੇ ਪਿਆਰੇ ਦੀ ਜਿਹੜੀ ਨਿਸ਼ਾਨਾ ਹੁੰਦਾ ਹੈ, ਉਹ ਵੇਖਦਾ ਰੱਬ ਨੂੰ, ਅਕਾਲ ਪੁਰਖ ਨੂੰ, ਇਹ ਵੇਖੇ ਵੀ ਸੱਚੇ ਪਾਤਸ਼ਾਹ ਜੋ ਕੁਝ ਕਰਨ ਵਾਲਾ ਹੈ, ਜੋ ਕੁਛ ਕਰੇ ਸੋ ਆਪੇ ਸੁਆਮੀ। ਸਭ ਦਾ ਪ੍ਰੇਰਕ ਉਹ ਆ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਸਾਰਿਆਂ ਵਿੱਚ ਉਹਦੀ ਜੋਤ ਵੇਖੇ ਕਿ ਚੰਗਾ, ਸਗੋਂ ਜੇ ਨਿੰਦਿਆ ਕਰਦਾ ਤਾਂ ਕੋਈ ਮੈਲ ਲੱਥ ਜਾਵੇ, ਸੋ ਕੋ ਭਲਾ ਹੋ ਜਾਵੇ।
ਜੋ ਕੁਛ ਕਰੇ ਸੋ ਆਪੇ ਸੋ ਵਾਹਿਗੁਰੂ ਪਰਮੇਸ਼ਰ ਹੀ ਪ੍ਰੇਰ ਕੇ ਕਰਵਾ ਰਿਹਾ, ਇਹਦੇ ਕਰਮਾਂ ਦਾ ਫਲ ਆ। ਜੋ ਕੁਛ ਕਰੇ ਸੋ ਆਪੇ ਸੋ, ਜੋ ਕੁਛ ਕਰਦਾ ਵਾਹਿਗੁਰੂ ਸਭ ਦਾ ਪ੍ਰੇਰਕ ਹੈ, ਨਿਯੰਤਾ ਹੈ। ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਵੈ ਤੰਤੀ ਤਿਉਂ ਵਾਜਾ ਜੰਤ ਜਨਾ। ਜਿਵੇਂ ਤੰਤੀ ਸਾਜਾਂ ਨੂੰ ਵਜਾਉਣ ਵਾਲਾ ਵਜਾਉਂਦਾ ਉਵੇਂ ਵੱਜਦੇ ਨੇ, ਇਵੇਂ ਸਾਰਿਆਂ ਦਾ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਆ। ਉਹਦੇ ਖੜਕਾਏ ਹੋਏ ਭਾਂਡੇ ਖੜਕਦੇ ਨੇ ਜੀਵਾਂ ਰੂਪ। ਜੋ ਕੁਛ ਕਰੇ ਸੋ ਆਪੇ ਸੁਆਮੀ, ਜੋ ਕੁਛ ਕਰਦਾ ਸਾਰਿਆਂ ਦਾ ਪ੍ਰੇਰਕ ਉਹ ਆਪੇ ਆਪ ਹੀ ਹੈ ਮਾਲਕ ਅਕਾਲ ਪੁਰਖ ਸੁਆਮੀ, ਜਿਹੜਾ ਆਪਣੇ ਆਪ ਤੋਂ ਆਇਆ ਹੋਇਆ ਸੁਆਮੀ, ਸਵੈ ਤੰਤਰ ਹੈ। ਸੋ ਜਿਹੜਾ ਸੁਆਮੀ ਸੰਸਕ੍ਰਿਤ ਦਾ ਪਾਦਿਆ, ਆਮੀ ਨਾਮ ਹੁੰਦਾ ਰੋਗ ਦਾ, ਰੋਗ ਤੋਂ ਰਹਿਤ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਪੁਰਸ਼ਾਰਥ ਵਾਲਾ ਹੈ, ਪੁਰਖ ਆ ਅਕਾਲ ਪੁਰਖ, ਪੁਰਸ਼ਾਰਥ ਵਾਲਾ, ਬਲ ਵਾਲਾ, ਜਿਹਨੂੰ ਕੋਈ ਰੋਗ ਨਹੀਂ ਹੈ, ਕਦੇ ਢਿੱਲਾ ਨਹੀਂ ਪੈਂਦਾ ਹੈ, ਸਰਬ ਕਲਾ ਸਮਰੱਥ। ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ। ਹਰੀ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਜੀਵਾਂ ਦੇ ਵਿੱਚ ਬੈਠ ਕੇ ਕਾਰ ਕਮਾ ਰਿਹਾ ਹੈ, ਆਪੇ ਹੀ ਸਾਰੇ ਕਾਰ ਕਾਰਜ ਹੋ ਰਹੇ ਨੇ। ਸੋ ਉਹਦੇ ਕਰਕੇ ਬਣ ਰਹੇ ਨੇ, ਪ੍ਰਗਟ ਹੋ ਰਹੇ ਹਨ, ਆਪੇ ਜੀਵ ਦੇ ਹੁਕਮ ਵਿੱਚ ਕਾਰ ਕਮਾ ਰਹੇ ਨੇ। ਕੋਈ ਕਰਮਾਂ ਦੇ ਪ੍ਰੇਰੇ ਹੋਏ ਚੰਗੀ ਕਾਰ ਕਰ ਰਹੇ ਨੇ, ਕੋਈ ਮਾੜੀ ਕਰਮਾਂ ਦੇ ਮੁਤਾਬਕ ਕਰ ਰਹੇ ਨੇ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ ਕਿ ਇਉਂ ਅਨੁਭਵ ਕਰੇ ਰੱਬ ਦਾ ਪਿਆਰਾ ਕਿ ਹਰ ਆਪੇ ਹੀ ਮਤ ਦੇਵੈ। ਵਾਹਿਗੁਰੂ ਪਰਮੇਸ਼ਰ ਆਪੇ ਹੀ ਸਾਰੇ ਜੀਵਾਂ ਨੂੰ ਮਤ ਦੇ ਰਿਹਾ ਹੈ। ਜੈਸੀ ਮਤ ਤੈਸਾ ਪ੍ਰਗਾਸ, ਜਿਹੋ ਜਿਹੀ ਮਤ ਹੁੰਦੀ ਉਹੋ ਜਿਹਾ ਪ੍ਰਗਟ ਹੋ ਜਾਂਦਾ ਹੈ। ਸੋ ਮਨੁੱਖ ਜਿਹੜਾ ਹੈ ਉਹਦੇ ਸੁਭਾਅ ਦਾ ਪਤਾ ਲੱਗ ਜਾਂਦਾ ਹੈ, ਸੱਤਾ ਠੰਡਾ। ਸੋ ਆਪੇ ਵਾਹਿਗੁਰੂ ਪਰਮੇਸ਼ਰ ਜੀਵਾਂ ਨੂੰ ਮਤ ਦੇਣ ਵਾਲਾ ਹੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਇੱਕ ਮਤ ਹੁੰਦੀ ਹੈ ਇਕੱਲੀ ਸੰਸਾਰ ਵਿੱਚ ਵਿਚਰਨ ਵਾਲੀ। ਜਿਹੋ ਜਿਹੀ ਮਤ ਮਿਲੀ ਉਹ ਧਰਮ ਨਹੀਂ ਘਰ ਦੇ ਵਿੱਚ। ਸੋ ਕੋਈ ਧਰਮ ਦਾ ਗਿਆਨ ਨਹੀਂ ਹੈ ਦੁਨੀਆਂ ਦੇ ਨਾਲ ਚੱਲਣ ਵਾਲਾ। ਜਿਹੋ ਜਿਹੀ ਮਤ ਮਿਲ ਗਈ ਮਾਤਾ ਪਿਤਾ ਤੋਂ, ਜਿਹੋ ਜਿਹੀ ਸੰਗਤ, ਉਹ ਦੁਨੀਆਂ ਦੇ ਵਿੱਚ ਧਨ ਕਮਾਉਣ ਵਾਲੀ ਮਤ ਆ ਜਾਂਦੀ ਹੈ। ਸੋ ਇਕੱਲੀ ਮਤ ਹੁੰਦੀ ਹੈ, ਆਪ ਹਰ ਆਪੇ ਹੀ ਮਤ ਦੇਵੈ। ਇੱਕ ਅਕਲ ਹੁੰਦੀ ਵਾਹਿਗੁਰੂ ਪਰਮੇਸ਼ਰ ਦੀ ਦਿੱਤੀ ਹੋਈ ਧੁਰੋਂ ਮਤ ਬੁੱਧ। ਸੋ ਲਿਖ ਕੇ ਵਾਹਿਗੁਰੂ ਨੇ ਭੇਜਦਾ ਸਾਰੇ ਜੀਵਨ ਨੂੰ, ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ। ਸਾਰੇ ਜੀਵਾਂ ਨੂੰ ਧੁਰੋਂ ਲਿਖ ਕੇ ਭੇਜ ਦਿੱਤਾ, ਦਾਤ ਇੰਨੀ ਦਾਤ ਮਿਲਣੀ, ਲਿਖ ਦਾਤ ਜੋਤ ਵਡਿਆਈ। ਸੋ ਜੋਤ ਇੰਨੀ ਕੁ ਬੁੱਧੀ, ਇੰਨੀ ਵਡਿਆਈ ਮਿਲਣੀ ਹੈ, ਬੁੱਧੀ ਮੁਤਾਬਕ ਅਕਲ ਮੁਤਾਬਕ ਹੀ ਸਤਿਕਾਰ ਵਡਿਆਈ ਮਿਲਦੀ ਹੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਵਾਹਿਗੁਰੂ ਆਪੇ ਹੀ ਸਾਰਿਆਂ ਨੂੰ ਮਤ ਦੇਣ ਵਾਲਾ ਹੈ। ਜਿਹੋ ਜਿਹੀ ਸੰਗਤ ਵਿੱਚ ਬਿਠਾ ਦਿੰਦਾ ਉਹੋ ਜਿਹੀ ਮਤ ਦੇ ਦਿੰਦਾ ਹੈ। ਖੋਟੀ ਸੰਗਤ ਵਿੱਚ ਬੈਠ ਜਾਂਦੇ ਨੇ ਜਿਹੜੇ, ਉਹਨਾਂ ਨੂੰ ਖੋਟੀ ਮਤ ਆ ਜਾਂਦੀ ਉਲਟ। ਜਿਹੜੀ ਸ਼ੁੱਭ ਸੰਗਤ ਵਿੱਚ, ਸਤ ਸੰਗਤ ਵਿੱਚ, ਸ਼ੁੱਭ ਸੰਗਤ ਵਿੱਚ ਬਿਠਾ ਦਿੰਦਾ ਉਹਨਾਂ ਨੂੰ ਸੋਹਣੀ ਮਤ ਦੇ ਦਿੰਦਾ ਹੈ। ਹਰ ਆਪੇ ਹੀ ਮਤ ਦੇਵੈ ਸੋ। ਸੋ ਆਪੇ ਮਾਲਕ ਅਕਾਲ ਪੁਰਖ ਹਰ ਆਪੇ ਬੋਲ ਬੁਲਾਵੈ। ਅਤੇ ਜਿਹੋ ਜਿਹੀ ਕੋਈ ਸੰਗਤ ਕਰਦਾ ਹੈ ਉਹੋ ਜਿਹੀ ਰੰਗਤ ਹੁੰਦੀ, ਉਹੋ ਜਿਹਾ ਸੁਭਾਅ ਹੁੰਦਾ ਹੈ, ਇਹ ਛੇਤੀ ਪਕੜ ਲੈਂਦਾ ਜਿਹੜਾ ਮਨ ਹੁੰਦਾ ਹੈ ਸਾਧ ਸੰਗਤ ਚ, ਕੱਚਾ ਮਨ। ਹਰ ਆਪੇ ਬੋਲ ਬੁਲਾਵੈ ਵਾਹਿਗੁਰੂ, ਉਹੋ ਜਿਹੀ ਮਤ ਅਨੁਸਾਰ ਹੀ ਜੀਵਾਂ ਤੋਂ, ਜਿਨ੍ਹਾਂ ਦੇ ਜੀਵਨ ਦੀ ਘਾੜਤ ਕੱਚੀ, ਉਹਨਾਂ ਨੂੰ ਉਹੋ ਜਿਹੇ ਬੋਲ ਬੁਲਾਉਂਦਾ ਹੈ। ਜਿਹੋ ਜਿਹੇ ਕਿਸੇ ਨੇ ਕੰਨ ਵਿੱਚ ਫੂਕ ਮਾਰਤੀ ਝੱਟ ਹੀ ਉਹੋ ਜਿਹੀ ਗ੍ਰਹਿਣ ਕਰ। ਹਰ ਆਪੇ ਪੰਚ ਤੱਤ ਬਿਸਥਾਰਾ ਵਿੱਚ ਵਿੱਚ ਧਾਤੂ ਪੰਚ ਆਪ ਪਾਵੈ। ਉਹ ਵਿਚਾਰੇ ਇਹ ਵੀ ਕਿਹਾ ਸੱਚੇ ਪਾਤਸ਼ਾਹ ਨੇ ਕਿ ਉਹ ਵਿਚਾਰੇ ਕਿਆ ਕਰਾ ਹੈ ਜਾਂ ਭਾਗ ਧੁਰ ਮੰਦੇ, ਉਹ ਵਿਚਾਰੇ ਕੀ ਕਰਨ ਜਾਂ ਧੁਰੋਂ ਭਾਗ ਹੀ ਉਹਨਾਂ ਦੇ ਮੰਦੇ ਲਿਖਾਏ ਨੇ ਮਸਤਕ। ਸ਼ੁਭ ਕਰਮ ਪਹਿਲਾਂ ਕੋਈ ਕੀਤਾ ਹੀ ਨਹੀਂ,
ਜਿਸ ਕਰਕੇ ਚੰਗਾ ਫਲ ਕੋਈ ਉਗੜਿਆ ਹੀ ਨਹੀਂ। ਹਰ ਆਪੇ ਪੰਜ ਤੱਤ ਵਿਸਥਾਰਾ ਵਾਹਿਗੁਰੂ ਪਰਮੇਸ਼ਰ ਨੇ ਆਪੇ ਪੰਜਾਂ ਤੱਤਾਂ ਰਾਹੀਂ ਸੋ ਇਹ ਵਿਸਥਾਰਾ ਕੀਤਾ। ਧਰਤੀ, ਆਕਾਸ਼, ਹਵਾ, ਪਾਣੀ, ਅੱਗ, ਇਹਨਾਂ ਪੰਜ ਸਥੂਲ ਤੱਤਾਂ ਤੋਂ ਇਹ ਸੰਸਾਰ ਦਾ ਵਿਸਥਾਰਾ ਫੈਲਾ ਕੀਤਾ ਹੈ। ਇਹ ਜਿਹੜਾ ਹੈ ਪਸਾਰਾ ਪਸਾਰਿਆ ਹੈ। ਵਾਹਿਗੁਰੂ ਪਰਮੇਸ਼ਰ ਨੇ ਵਿੱਚ ਧਾਤੂ ਪੰਚ ਆਪ ਪਾਵੈ, ਪੰਜਾਂ ਤੱਤਾਂ ਦਾ ਵਿਸਥਾਰੇ ਵਿੱਚ ਜਿੰਨੀਆਂ ਜੂਨੀਆਂ ਨੇ 84 ਲੱਖ ਜੂਨੀਆਂ, ਉਹਨਾਂ ਸਾਰੀਆਂ ਦੇ ਵਿੱਚ ਹੀ ਇਹ ਧਾਤੂ ਨੇ ਪੰਜ, ਕੀੜੀ ਤੋਂ ਲੈ ਕੇ ਹਾਥੀ ਤੱਕ। ਕੀੜੀ ਵੀ ਵੇਖ ਲਓ, ਦੰਦੀ ਵੱਢਦੀ ਹੈ, ਚੀਕਾਂ ਕਢਾ ਦਿੰਦੀ ਕਈ ਵਾਰ, ਇੰਨਾ ਕ੍ਰੋਧ ਹੁੰਦਾ ਉਹਦੇ ਵਿੱਚ। ਅਤੇ ਹਾਥੀ ਜਿਹੜਾ ਇਹ ਕਾਮ ਦਾ ਮਾਰਿਆ ਪਿਆ ਹੈ। ਸਾਰੇ ਜਿਹੜੇ ਪੰਜ ਧਾਤੂ ਨੇ ਸਾਰਿਆਂ ਵਿੱਚ, ਕਿਸੇ ਵਿੱਚ ਕੋਈ ਪ੍ਰਬਲ ਆ, ਕੋਈ ਨਜ਼ਰ ਆਉਂਦਾ, ਕਿਸੇ ਵਿੱਚ ਕੋਈ, ਪਰ ਹੈ ਸਾਰਿਆਂ ਵਿੱਚ, ਸਾਰੇ ਨੇ ਵਿੱਚ ਧਾਤੂ ਪੰਚ ਆਪ ਪਾਵੈ, ਵਿੱਚ ਪੰਜ ਧਾਤੂ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਧਾਤਾਂ ਨੇ ਜਿਹੜੀਆਂ। ਇਹ ਸਰੀਰ ਦਾ ਢਾਂਚਾ ਜਿਹੜਾ ਸਥੂਲ ਪੰਜਾਂ ਤੱਤਾਂ ਤੋਂ ਹੈ। ਉਂਝ 8 ਧਾਤਾਂ ਨੇ, ਹੱਡੀਆਂ, ਮਿੱਝ, ਖੂਨ ਆਦਿਕ ਪਾ ਕੇ, ਚਮੜੀ ਆਦਿਕ। ਸੋ ਬਿੰਦ, ਰਕਤ ਆਦਿਕ 8 ਧਾਤਾਂ ਦਾ, ਅਤੇ 5 ਧਾਤਾਂ ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਪ੍ਰਬਲ। ਇਹਨਾਂ ਪੰਜਾਂ ਦੇ ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਅਤੇ ਪੰਜ ਜਿਹੜੇ, ਸੋ ਵਿੱਚ ਧਾਤੂ ਪੰਚ ਆਪ ਪਾਵੈ, ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਧਾਤੂ ਵੀ ਆਪ ਹੀ ਵਾਹਿਗੁਰੂ ਪਾਉਣ ਵਾਲਾ ਹੈ। ਹੈ ਤਾਂ ਉਹਦੀ ਮਾਇਆ ਹੈ ਨਾ, ਪ੍ਰਬਲ ਮਾਇਆ, ਮਾਇਆ ਦੀ ਇਹ ਅੰਸਰੀ ਸੰਪਦਾ ਹੈ। ਸੋ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਦੁਐਸ਼, ਰਾਗ, ਦੁਐਸ਼, ਈਰਖਾ, ਮੋਹ ਆਦਿਕ, ਇਹ ਸਾਰੇ ਜਿਹੜੇ ਅੰਸਰੀ ਸੰਪਦਾ, ਮਾਇਆ ਦੀ ਸੰਪਦਾ, ਮਾਇਆ ਦੀ ਫੌਜ ਹੈ। ਵਿੱਚ ਆਪੇ ਵਾਹਿਗੁਰੂ ਨੇ ਜਿੱਥੇ ਆਪਣਾ ਸੋਹਣਾ ਨਿਰਮਲ ਸਰੂਪ ਟਿਕਾਇਆ, ਵਿੱਚ ਪੰਜ ਧਾਤੂ ਵੀ ਆਪ ਹੀ ਪਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹ ਇਉਂ ਸਮਝਦਾ ਹੈ। ਭਗਤ ਕਬੀਰ ਸਾਹਿਬ ਜੀ ਪਾਵਨ ਬਚਨ ਕਰਦੇ ਨੇ, ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਝਗੜਾ ਕਾਹਦਾ, ਪੰਜਾਂ ਦਾ ਝਗੜਾ ਹੈ। ਜਿਹੜੇ ਪੰਜ ਅੰਦਰ ਪਾਏ ਨੇ ਨਾ, ਪੰਜ ਅੰਦਰ ਬੈਠੇ ਨੇ, ਇਹਨਾਂ ਪੰਜਾਂ ਦਾ ਹੀ ਝਗੜਾ ਸਾਰੇ ਸੰਸਾਰ ਵਿੱਚ। ਕੋਈ ਕ੍ਰੋਧ ਕਰਕੇ ਦੁਖੀ ਹੋ ਰਿਹਾ, ਕ੍ਰੋਧ ਕਰ ਕਿੰਨੀ ਲੜਾਈ ਹੋ ਰਹੀ ਹੈ। ਕੋਈ ਕਾਮ ਕਰਕੇ, ਕੋਈ ਕਾਮ, ਕ੍ਰੋਧ, ਲੋਭ ਕਰਕੇ, ਕੋਈ ਹੰਕਾਰ ਕਰਕੇ, ਕੋਈ ਮੋਹ ਕਰਕੇ। ਸੋ ਪੰਜਾਂ ਦਾ ਝਗੜਾ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਵਾਧਿਆ, ਮੈਂ ਰਾਮ ਰਮਤ ਸੁਖ ਪਾਇਆ। ਕਹਿੰਦੇ ਝੂਠੀ ਮਾਇਆ ਨੇ ਸਾਰਾ ਜਗਤ ਆਪਣੀ ਜਖੜ ਵਿੱਚ ਲੈ ਛੱਡਿਆ, ਬੰਨ ਛੱਡਿਆ ਇਹਨਾਂ। ਅਸਾਂ ਨੇ ਵਾਹਿਗੁਰੂ ਦੇ ਅਕਾਲ ਪੁਰਖ ਦੇ ਰਮੰਤੀ ਰਾਮ ਨੂੰ ਉਚਾਰਨ ਕਰਕੇ, ਉਹਦੀ ਭਗਤੀ ਕਰਨ ਨਾਲ ਇਹਨਾਂ ਤੋਂ ਛੁੱਟ ਗਏ, ਸੁੱਖ ਪਾ ਲਿਆ ਹੈ, ਇਹਨਾਂ ਨੂੰ ਦਰੜ ਦਿੱਤਾ ਹੈ, ਇਹਨਾਂ ਨੂੰ ਵਸੀਕਾਰ ਕਰ ਲਿਆ ਹੈ। ਵਿੱਚ ਧਾਤੂ ਪੰਜ ਆਪ ਪਾਵੈ, ਇਉਂ ਸਮਝੇ ਵਿੱਚ ਧਾਤੂ ਪੰਜ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਪ ਹੀ ਵਾਹਿਗੁਰੂ ਪਾਉਂਦਾ ਹੈ, ਉਹਦੇ ਹੀ ਪਾਏ ਹੋਏ ਨੇ। ਉਹਦੇ ਅੱਗੇ ਹੀ ਅਰਦਾਸ ਕਰੇ ਆਪਣੇ ਆਪ ਕਿ ਕਾਮ, ਕ੍ਰੋਧ, ਅਰ, ਲੋਭ, ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਸੋ ਸੱਚੇ ਪਾਤਸ਼ਾਹ ਕਿਰਪਾ ਕਰੋ, ਉਹਦੇ ਅੱਗੇ ਅਰਦਾਸ ਕਰੇ ਕਿ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਹਨ ਤੇ ਆਪ ਛਡਾਵੋ, ਇਹਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਆਪ ਛਡਾਵੋ। ਇਹ ਭੀਤਰ ਤੇ ਇਨ ਕਉ ਡਰੋ, ਆਪਨ ਨਿਕਟ ਬੁਲਾਵੋ। ਇਹ ਸਰੀਰ ਦੇ ਵਿੱਚੋਂ ਇਹ ਭੀਤਰ ਤੇ ਇਨ ਕਉ ਡਰੋ, ਇਹਨਾਂ ਨੂੰ ਬਾਹਰ ਸੱਚੇ ਪਾਤਸ਼ਾਹ ਨਾਮ ਦੀ ਆਪ ਜੀ ਬੰਦਗੀ ਦੀ ਖੈਰ ਪਾ ਦਿਓ, ਬੰਦਗੀ ਦਾ ਝਾੜੂ ਲਾ ਕੇ ਨਾਮ ਦਾ ਇਹਨਾਂ ਨੂੰ ਬਾਹਰ ਸੁੱਟ ਦਿਓ, ਕੂੜੇ ਨੂੰ। ਇਹ ਭੀਤਰ ਕਹੋ ਇਹਨ ਕਹੋ ਡਰੋ, ਆਪਨ ਨਿਕਟ ਬੁਲਾਵੋ, ਫਿਰ ਆਪਣੇ ਨੇੜੇ ਬੁਲਾ ਲਓ। ਆਪਣਾ ਸਰੂਪ ਜਿਹੜਾ ਸਖਿਆਤਕਾਰ ਕਰਦੇ ਹੋ, ਜਿਹੜਾ ਇਹਨਾਂ ਕਰਕੇ ਢੱਕਿਆ ਹੋਇਆ ਮਨ ਪਰਦੇਸੀ ਹੋਇਆ ਫਿਰਦਾ, ਮਹਾਰਾਜ ਸੱਚੇ ਪਾਤਸ਼ਾਹ ਆਪਣੀ ਵਿਧ ਆਪ ਜਨਾਵੋ, ਹਰ ਜਨ ਮੰਗਲ ਗਾਵੋ।
ਆਪਣੀ ਵਿਧੀ ਆਪ ਜਨਮ ਹੇ ਹਰੀ ਦੇ ਜਨਮ ਇਉਂ ਅਰਦਾਸਾਂ ਕਰੋ ਵਾਹਿਗੁਰੂ ਦੇ ਖੁਸ਼ੀਆਂ ਦੇ ਗੀਤ ਗਾਉਂਦੇ ਰਹੋ ਇਹਨਾਂ ਦੇ ਪ੍ਰਭਾਵ ਨੂੰ ਲਾਹ ਦਿਓ ਜੇ ਕੋਈ ਨਿੰਦਿਆ ਕਰਦਾ ਹੈ ਤਾਂ ਉਹਦੀ ਬਰਾਬਰੀ ਨਹੀਂ ਇਹ ਅਰਦਾਸ ਕਰਨ ਦਾ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਖਾਉਂਦੇ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰਿਆਪੇ ਝਗੜ ਚੁਕਾਵੈ ਮਹਾਰਾਜ ਜੀ ਕਹਿੰਦੇ ਇਉਂ ਜਿਹੜਾ ਹਰੀ ਦਾ ਜਨਮ ਅਕਾਲ ਪੁਰਖ ਦੇ ਸਨਮੁਖ ਹੋ ਕੇ ਚੱਲਦਾ ਹੈ ਸੋ ਮਹਾਰਾਜ ਇਉਂ ਸਮਝੇ ਵੀ ਜੇ ਵਾਹਿਗੁਰੂ ਨੇ ਇਹਨਾਂ 'ਤੇ ਕਿਰਪਾ ਕਰ ਦਿੱਤੀ ਆਪੇ ਸਤਿਗੁਰੂ ਦੇ ਨਾਲ ਮੇਲ ਕੇ ਇਹ ਜਿਹੜਾ ਝਗੜਾ ਕਰਦੇ ਨੇ ਨਿੰਦਿਆ ਚੁਗਲੀ ਦਾ ਖਹਿ ਬਾਜੀ ਰੱਖਦੇ ਨੇ ਹਰੇ ਆਪੇ ਵਾਹਿਗੁਰੂ ਝਗੜ ਚੁਕਾ ਸਕਦਾ ਹੈ ਵਾਹਿਗੁਰੂ ਦਾ ਮਾਇਆ ਦਾ ਪੰਜਾਂ ਦਾ ਝਗੜਾ ਹੈ ਅਤੇ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਸੋ ਇਉਂ ਸਮਝਣ ਕਿ ਜਿਨ੍ਹਾਂ ਨੂੰ ਆਪੇ ਸਤਿਗੁਰੂ ਦੇ ਨਾਲ ਮੇਲ ਦਿੰਦਾ ਆਪਣੇ ਸਾਕਾਰ ਰੂਪ ਸਤਿਗੁਰੂ ਦੇ ਨਾਲ ਸੱਚੇ ਗੁਰੂ ਦੇ ਨਾਲ ਹਰੇ ਆਪੇ ਝਗੜ ਚੁਕਾਵੈ ਉਹਨਾਂ ਦੇ ਅੰਦਰੋਂ ਆਪੇ ਹੀ ਇਹ ਝਗੜਾ ਜਿਹੜਾ ਰਾਗ ਦੁਆਇਸ਼ ਅਕਾਰਨ ਕਿਸੇ ਨਾਲ ਮੋਹ ਕਰਨਾ ਕਾਰਨ ਐਵੇਂ ਈਰਖਾ ਕਰੀ ਜਾਣੀ ਕ੍ਰੋਧ ਉੱਠੀ ਜਾਣਾ ਮਨ ਦੇ ਵਿੱਚ ਕਦੇ ਕਿਸੇ 'ਤੇ ਕਦੇ ਕਿਸੇ 'ਤੇ ਇਹ ਜਿਹੜਾ ਝਗੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵਿਸ਼ਿਆਂ ਦਾ ਸੋ ਕੀਮਤੀ ਸਵਾਸ ਜਿਹੜੇ ਨੇ ਵਿਸ਼ੇ ਵਿਕਾਰਾਂ ਦੇ ਜੂਲੇ ਵਿੱਚ ਹਾਰੀ ਜਾਂਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਆਪੇ ਮੇਲ ਦਿੰਦਾ ਆਪੇ ਜਿਨ੍ਹਾਂ 'ਤੇ ਕਿਰਪਾ ਕਰ ਦਿੰਦਾ ਗੁਰੂ ਦੇ ਰਾਹੀਂ ਹਰੇ ਆਪੇ ਝਗੜ ਚੁਕਾਵੈ ਵਾਹਿਗੁਰੂ ਪਰਮੇਸ਼ੁਰ ਉਹਨਾਂ ਦੇ ਅੰਦਰੋਂ ਇਹ ਪੰਜਾਂ ਦਾ ਝਗੜਾ ਜਿਹੜਾ ਹੈ ਸੋ ਉਹ ਚੁਕਾ ਦਿੰਦਾ ਸੱਚੇ ਪਾਤਸ਼ਾਹ ਲਾਹ ਦਿੰਦਾ ਹੈ ਚੁੱਕਿਆ ਆਉਂਦਾ ਉਹਨਾਂ ਦੇ ਅੰਦਰੋਂ ਉਹ ਚੁੱਕ ਦਿੰਦੇ ਨੇ ਉਹ ਰੱਬ ਦੇ ਪਿਆਰੇ ਸ਼ਾਂਤ ਵਸ ਜਿਹੋ ਜਿਹਾ ਰੱਬ ਦਾ ਸੁਭਾਅ ਹੁੰਦਾ ਉਹੋ ਜਿਹੇ ਹੁੰਦਾ ਸੋ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਭਲਾ ਹੋਈ ਜਾਂਦਾ ਹੈ ਜਿਹੜੇ ਨਹੀਂ ਕਰਦੇ ਨਹੀਂ ਹੁੰਦਾ ਕੋਈ ਪਰਵਾਹ ਨਹੀਂ ਕਰਦੇ ਰੱਬ ਦੇ ਪਿਆਰੇ ਪਰ ਇੱਕੋ ਜਿਹਾ ਉਪਦੇਸ਼ ਦੇ ਰੱਬ ਦਾ ਪਿਆਰਾ ਈਰਖਾ ਨਾ ਕਰੇ ਦੁਆਇਸ਼ ਉਹ ਨਾ ਕਿਸੇ ਦੇ ਉੱਪਰ ਵੀਰ ਰਸ ਵਿੱਚ ਆਵੇ ਕ੍ਰੋਧ ਕਰੇ ਆਪਣਾ ਗੁਣ ਜਿਹੜਾ ਸ਼ਾਂਤ ਸੁਭਾਅ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਵਰੋਸਾਇਆ ਜਾਵੇ ਨਾਮ ਜਲ ਦੇ ਨਾਲ ਹਿਰਦਾ ਲੱਪਾ ਲੱਪ ਭਰਿਆ ਜਾਵੇ ਇਸ ਕਰਕੇ ਕਿਹਾ ਸੰਤ ਸਾਜਨ ਭਏ ਸਰਸੇ ਪੂਰੇ ਗੁਰ 'ਤੇ ਜਾਣੀ ਪੂਰੇ ਗੁਰਾਂ ਤੋਂ ਉਹਨਾਂ ਨੇ ਜੁਗਤੀ ਜਾਣੀ ਸਿੱਧੇ ਹੋ ਕੇ ਚੱਲਣ ਦੀ ਗੁਰਮੁਖਤਾਈ ਦੇ ਵਿੱਚ ਸੋ ਆਪ ਸੁਚੇਤ ਹੋ ਕੇ ਚੱਲਣ ਦੀ ਅਤੇ ਉਹਨਾਂ ਦੇ ਹਿਰਦੇ ਜਿਹੜੇ ਨਾਮ ਜਲ ਨਾਲ ਭਰੇ ਹੋਏ ਸਰਸੇ ਸਰੋਵਰ ਵਰਗੇ ਹੁੰਦੇ ਨੇ ਜਿੰਨਾ ਮਰਜ਼ੀ ਨਾਮ ਜਪੀ ਜਾਣ ਜਪਾਈ ਜਾਣ ਨਹੀਂ ਮੁੱਕਦਾ ਆਨੰਦ ਉਹਨਾਂ ਦਾ ਰਸ ਖਤਮ ਨਹੀਂ ਹੁੰਦਾ ਹੈ ਨਾਮ ਦੇ ਰਸ ਨੂੰ ਮੰਨਣ ਵਾਲੇ ਹੋ ਜਾਂਦੇ ਹਨ ਸੋ ਸਾਰੇ ਹੁਕਮ ਦੀ ਕਾਰ ਸਮਝ ਲੈਂਦੇ ਹਨ ਜਦੋਂ ਹੁਕਮ ਦੀ ਕਾਰ ਦਾ ਪਤਾ ਲੱਗ ਜਾਂਦਾ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹਉਮੈ ਕਹੈ ਨਾ ਕੋਏ ਫਿਰ ਹਉਮੈ ਵਾਲਾ ਕੋਈ ਬੋਲ ਰਹਿ ਨਹੀਂ ਜਾਂਦਾ ਉਹ ਹਉਮੈ ਦੇ ਵਿੱਚ ਕੋਈ ਬਚਨ ਨਹੀਂ ਕਹਿੰਦਾ ਜਦੋਂ ਹੁਕਮ ਦੀ ਕਾਰ ਨੂੰ ਸਮਝ ਲੈਂਦਾ ਹੈ ਜੀਵਾਂ ਦੇ ਕਰਮ ਨੇ ਸੋ ਉਹ ਕਾਮਯਾਬ ਹੋ ਜਾਂਦਾ ਰੱਬ ਦਾ ਪਿਆਰਾ ਉਹ ਆਪ ਤਰਦਾ ਹੈ ਅਤੇ ਦੂਜਿਆਂ ਨੂੰ ਪੂਰਾ ਦੇ ਪੂਰ ਲੰਘਾ ਦਿੰਦਾ ਬੇੜੀ ਦੀ ਵਾਂਗ ਜਿਹੜਾ ਜਨ ਹੋ ਜਾਂਦਾ ਹੈ ਪਿਆਰਾ ਹੋ ਜਾਂਦਾ ਹੈ ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ ਸੋ ਗੁਰਮੁਖਤਾਈ ਬਖਸ਼ ਦੇਣ ਮਹਾਰਾਜ ਸਾਹਿਬ ਨਿੰਦਿਆ ਚੁਗਲੀ ਜਿਹੜੀ ਸੱਚੇ ਪਾਤਸ਼ਾਹ ਦੋ ਜਿਹੜੀ ਹੈ ਦੁਆਇਸ਼ ਇਹਦੇ ਵਿੱਚੋਂ ਸੰਬਿਰਤੀ ਬਣ ਜਾਵੇ ਤਾਂ ਹੀ ਬਾਣੀ ਪੜ੍ਹਦਿਆਂ ਸੇਵਾ ਸਿਮਰਨ ਕਰਦਿਆਂ ਰੰਗ ਲੱਗੇਗਾ ਰੰਗ ਚੜ੍ਹੇਗਾ ਨਾਮ ਦਾ ਭਗਤੀ ਦਾ ਚੂਹ ਚੂਹਾ ਸੋ ਮਹਾਰਾਜ ਸਾਹਿਬ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮੱਤ ਬਖਸ਼ਣੀ ਜੀ ਹਰੇ ਆਪੇ ਪੰਚ ਤੱਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰੇ ਆਪੇ ਝਗੜ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।